ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਹਜੇ ਨਾਸਾਜ ਹੈ ਤੇ ਜਿਸ ਦੇ ਚੱਲਦਿਆਂ ਉਹ ਹਾਲੇ ਵੀ ਮੋਹਾਲੀ ਦੇ ਹਸਪੀਟਲ ਦੇ ਵਿੱਚ ਦਾਖਲ ਹਨ। ਤਾਂ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਸੀਐਮ ਮਾਨ ਦਾਖਲ ਨੇ, ਜਿਨ੍ਹਾਂ ਦੇ ਵੱਲੋਂ ਜਿਹੜੇ ਟੈਸਟ ਨੇ ਉਹ ਕਰਵਾਏ ਗਏ ਨੇ ਤੇ ਡਾਕਟਰਾਂ ਨੇ ਟੈਸਟ ਕਰਕੇ ਕਿਹਾ ਹੈ ਕਿ ਹਾਲੇ ਰਿਪੋਰਟਾਂ ਆਉਣੀਆਂ ਬਾਕੀ ਨੇ ਤੇ ਰਿਪੋਰਟਾਂ ਆਉਣ 'ਤੇ ਜਿਹੜਾ ਫੈਸਲਾ ਹੈ ਉਹ ਲਿਆ ਜਾਵੇਗਾ। ਹਾਲਾਂਕਿ ਸਾਰੀ ਰਾਤ ਸੀਐਮ ਮਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਅਤੇ ਉੱਥੇ ਉਹਨਾਂ ਦੇ ਟੈਸਟ ਕੀਤੇ ਗਏ ਨੇ, ਜਿਨ੍ਹਾਂ ਦੀ ਰਿਪੋਰਟ ਆਉਣ 'ਤੇ ਹੀ ਡਾਕਟਰ ਫੈਸਲਾ ਲੈਣਗੇ ਕਿ ਸੀਐਮ ਮਾਨ ਘਰ ਜਾ ਸਕਦੇ ਹਨ ਜਾਂ ਨਹੀਂ। ਸੀਐਮ ਮਾਨ ਦੇ ਫੇਫੜਿਆਂ ਦੇ ਵਿੱਚ ਇੱਕ ਆਰਟਰੀ ਦੇ ਵਿੱਚ ਸੋਜ ਦੱਸੀ ਜਾ ਰਹੀ ਹੈ। ਆਰਟਰੀ ਦੇ ਵਿੱਚ ਸੋਜ ਹੋਣ ਦੇ ਕਰਕੇ ਹਾਰਟ 'ਤੇ ਅਸਰ ਹੋ ਸਕਦਾ ਹੈ ਅਤੇ ਬਲੱਡ ਪ੍ਰੈਸ਼ਰ ਦੇ ਵਿੱਚ ਉਤਰਾਅ ਚੜ੍ਹਾਅ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬਲੱਡ ਪ੍ਰੈਸ਼ਰ ਦੇ ਵਿੱਚ ਉਤਰਾਅ ਚੜ੍ਹਾਅ ਹੈ ਅਤੇ ਨਾਲ ਹਾਲੇ ਸਿਹਤ ਹੈ ਜਿਹੜੀ ਪਹਿਲਾਂ ਨਾਲੋਂ ਠੀਕ ਹੈ, ਪਰ ਜਿਹੜੇ ਟੈਸਟ ਨੇ ਉਹ ਬੇਹੱਦ ਜ਼ਰੂਰੀ ਨੇ ਅਤੇ ਰਿਪੋਰਟ ਆਉਣ 'ਤੇ ਫੈਸਲਾ ਲਿਆ ਜਾਵੇਗਾ ਕਿ ਸੀਐਮ ਮਾਨ ਪ੍ਰੋਪਰ ਤੌਰ 'ਤੇ ਠੀਕ ਹਨ ਜਾਂ ਨਹੀਂ। ਅਤੇ ਹਾਲਾਂਕਿ ਮੇਨ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਸੀਐਮ ਮਾਨ ਦੇ ਫੇਫੜਿਆਂ ਦੇ ਇੱਕ ਆਰਟਰੀ ਦੇ ਵਿੱਚ ਸੋਜ ਹੈ ਅਤੇ ਆਰਟਰੀ ਦੇ ਵਿੱਚ ਸੋਜ ਹੋਣ ਦੇ ਕਾਰਨ ਹਾਰਟ 'ਤੇ ਅਸਰ ਪੈ ਸਕਦਾ, ਜਿਸ ਦੇ ਚੱਲਦਿਆਂ ਡਾਕਟਰਾਂ ਦੇ ਵੱਲੋਂ ਬੇਹੱਦ ਹੀ ਤਰੀਕੇ ਦੇ ਨਾਲ ਚੱਲਿਆ ਜਾ ਰਿਹਾ ਹੈ ਅਤੇ ਉਹਨਾਂ ਦੇ ਵੱਲੋਂ ਸੀਐਮ ਦੀ ਸਿਹਤ ਸੰਭਾਲ ਦੇ ਲਈ ਉਹਨਾਂ ਨੂੰ ਜਿਹੜੀਆਂ ਹਦਾਇਤਾਂ ਨੇ ਉਹ ਵੀ ਦਿੱਤੀਆਂ ਜਾ ਰਹੀਆਂ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਛੁੱਟੀ ਮਿਲੇਗੀ।